ਭਾਵੇਂ ਸਰਕਾਰਾਂ ਚੋਣਾਂ ਸਮੇਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕਰ ਲੈਂਦੀਆਂ ਨੇ ਪਰ ਚੋਣਾਂ ਤੋਂ ਬਾਅਦ ਸਰਕਾਰਾਂ ਆਪਣੇ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ ਜਿਸ ਦਾ ਨਤੀਜਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਇਆ ਜਿਸ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਕੀਰਤਪੁਰ ਸਾਹਿਬ ਤੋਂ ਲੈ ਕੇ ਨੇਰ ਚੌਂਕ ਹਿਮਾਚਲ ਪ੍ਰਦੇਸ਼ ਤੱਕ ਬਣਾਇਆ ਜਾਣ ਵਾਲਾ ਹਾਈਵੇ 6 ਸਾਲ ਤੱਕ ਵੀ ਪੂਰਾ ਨਹੀਂ ਹੋ ਸਕਿਆ ਜਿਸ ਲਈ ਰਾਹਗੀਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਇਹ ਸਮੱਸਿਆ 6-7 ਮਹੀਨੇ ਤੋਂ ਬਹੁਤ ਜ਼ਿਆਦਾ ਆ ਰਹੀ ਹੈ ਜੀ, ਬਹੁਤ ਖੱਡੇ ਪਏ ਆ ਇਹ 'ਚ ਅਤੇ ਨਾ ਕੋਈ ਇੱਥੇ ਵੀਸਰ ਇੰਨੇ ਲੰਘਦੇ ਆ, ਨਾ ਕੋਈ ਇਹਦੀ ਗੌਰ ਕਰ ਰਿਹਾ ਹੈ, ਨਾ ਕੋਈ ਇਹਦੀ ਪੁੱਛਗਿੱਛ ਹੈ। ਇਹ ਇੱਕ ਮਤੇਈ ਮਾਂ ਦੀ ਤਰ੍ਹਾਂ ਹੋਈ ਹੈ, ਇਹਦਾ ਕੋਈ ਵੇਲੀ ਵਾਰਸ ਨਹੀਂ ਹੈ, ਨਾ ਕੋਈ ਇਹਦਾ ਚੈੱਕ ਕਰਦਾ ਹੈ, ਨਾ ਬਹੁਤ ਵੱਡੇ ਵੱਡੇ ਅਫਸਰ ਲੰਘਦੇ ਇੱਥੋਂ, NH ਸਾਰੇ PD ਵਗੈਰਾ ਇੱਥੋਂ ਲੰਘਦੇ ਆ, ਕਈ ਨੂੰ ਕੋਈ ਦਿਖਾਈ ਨਹੀਂ ਦਿੰਦਾ ਕਿ ਸੜਕ ਦਾ ਕਿਆ ਹਾਲ ਹੈ ਕਿਆ ਨਹੀਂ ਹੈ। ਕੀਰਤਪੁਰ 2 ਕੈਂਚੀ ਮੋੜ ਤੱਕ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਦਾ। ਮੇਨ ਕਾਰਨ ਇਹਦਾ ਇਹ ਹੈ ਜੀ, ਇਹ NH ਨੇ ITN ਨੂੰ ਦਿੱਤੀ ਹੋਈ ਸੀ, ITN ਭੱਜ ਗਈ, ਇਸ ਕਰਕੇ ਸਾਰਾ ਕੰਮ ਰੁਕਿਆ ਪਿਆ ਜੀ। NH ਧਿਆਨ ਨਹੀਂ ਦੇ ਰਿਹਾ ਇਹਦੇ ਵਿੱਚ, ਸਭ ਤੋਂ ਬੜੀ ਪ੍ਰੋਬਲਮ ਇਹੀ ਹੈ। ਲੋਕਾਂ ਦੇ ਇੱਥੇ ਇਹਨੂੰ ਪੈਸੇ ਦੇਣੇ ਆ, ਲੋਕ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ, ਲੋਕ ਆਤਮਦਾਹ ਕਰਾ ਰਹੇ ਜੀ। ਲੋਕ ਕਹਿੰਦੇ ਨੇ ਅਸੀਂ ਮਰ ਜਾਣਾ, ਪੈਸਾ ਲੈ ਕੇ ਮਰਨਾ ਆਪਣਾ। ਸਮੱਸਿਆ ਸਰ, ਰੋਡ ਜਿਹੜਾ ਬਣ ਰਿਹਾ ਨਾ, 2-3 ਸਾਲ ਦਾ ਜਿਹੜਾ ਪ੍ਰੋਜੈਕਟ ਦਾ ਬਣਨੇ ਦਾ, 3 ਸਾਲ ਦਾ, ਅਤੇ ਉਹ ਤੋਂ ਬਾਅਦ ਰੋਡ ਬਣਦਾ ਬਣਦਾ ਜੀ ਬੰਦ ਹੋ ਗਿਆ। ਇਹ ਰੱਬ ਜਾਣੇ ਕਿਆ ਹੋਇਆ ਕਿਆ ਨਹੀਂ ਹੋਇਆ, ਅਤੇ ਜਿਹੜੀਆਂ ਕੰਪਨੀਆਂ ਨੇ ਠੇਕੇ ਲਏ ਵੇ ਅਤੇ ਕੋਈ ਵੀ ਠੇਕੇਦਾਰ ਤਾਂ ਉਹ ਛੱਡ ਕੇ ਚੱਲ ਗਏ ਸਾਰੇ। 2-3 ਵਾਰ ਠੇਕਾ ਹੋਇਆ, 2 ਵਾਰ ਉਹ ਛੱਡ ਕੇ ਚੱਲ ਗਏ ਕੰਪਨੀਆਂ ਵਾਲੇ। ਉਹ ਤੋਂ ਬਾਅਦ ਜਿਹੜੇ ਸਾਡੇ ਆਪਣੇ ਬੰਦੇ ਠੇਕੇਦਾਰ ਹੈ ਛੋਟੇ ਛੋਟੇ, ਜਿੱਦਾਂ ਪ੍ਰੋਜੈਕਟ ਲਿਆ ਵਾ ਕੋਈ ਕਟਿੰਗ ਦਾ ਕੋਈ ਕਾਸੀ ਦਾ, ਉਹਨਾਂ ਦੇ ਵਿੱਚ ਹੀ ਪੈਸੇ ਰੁਕੇ ਹੋਏ ਆ। ਔਰ ਜੋ ਸਾਡੀ ਸੜਕ ਹੈ, ਇਹ ਸਮੱਸਿਆ ਸਾਡੀ ਸਾਰੇ ਪਿੰਡ ਵਾਲਿਆਂ ਨੂੰ ਸਮੱਸਿਆ ਆ, ਆਪਣੇ ਸਾਰੇ ਜੋ ਵੀ ਕੋਈ ਵੀ ਲੰਘਦਾ ਗੱਡੀ ਵਾਲਾ ਹੈ ਚਾਹੇ ਕੋਈ ਵੀ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ। ਸੜਕ ਸਾਰੀ ਟੁੱਟੀ ਹੋਈ ਹੈ, ਔਰ ਜੋ ਇਹਨਾਂ ਨੇ ਆਪਣੀ ਕਟਿੰਗ ਕੀਤੀ ਵੀ ਆ ਉਹ ਇੱਦਾਂ ਪਈ ਵੀ ਆ, ਉਹ ਬਜਰੀ ਬਰਸਾਤ ਪੈ ਰਹੀ ਆ ਹੁਣ, ਉਹ ਬਜਰੀ ਰੋਡ ਦੇ ਵਿੱਚ ਆ ਰਹੀ ਹੈ। ਉਹ ਜੋ ਮੋਟਰਸਾਈਕਲ ਵਾਲਾ ਹੈ, ਛੋਟੀ ਗੱਡੀ ਵਾਲਾ ਹੈ, ਬੜੀ ਗੱਡੀ ਵਾਲਾ ਹੈ, ਉਹ ਇੱਦਾਂ ਹੀ ਮਤਲਬ ਖਿਸਕ ਕੇ ਬਹੁਤ ਤਕੜੇ ਤਕੜੇ ਹਾਸਤੇ ਹੁਣ ਹੋ ਰਹੇ। ਇਸ ਕਰਕੇ ਜੋ ਇਹ ਰੋਡ ਬਣਨਾ ਚਾਹੀਦਾ, ਰੋਡ ਬਣ ਕੇ ਸਾਡੇ ਪਿੰਡ ਨੂੰ ਕੋਈ ਵੀ ਸੁਵਿਧਾ ਮਿਲਣੀ ਚਾਹੀਦੀ, ਸੁਵਿਧਾ ਮਿਲ ਕੇ ਰੁਜ਼ਗਾਰ ਸਾਨੂੰ ਪਿੰਡ ਵਾਲਿਆਂ ਨੂੰ ਵੀ ਮਿਲਣਾ ਚਾਹੀਦਾ। ਔਰ ਇਹ ਸੜਕ ਜੋ ਵੀ ਹੈ ਬਣਨੀ ਚਾਹੀਦੀ ਵਧੀਆ ਤਰੀਕੇ ਨਾਲ, ਕੀਰਤਪੁਰ ਲੈ ਕੇ ਨੇਰ ਚੌਂਕ ਤੱਕ ਜੋ ਪ੍ਰੋਜੈਕਟ ਹੋਇਆ ਤਾਂ ਇਹ ਬੰਦ ਪਿਆ ਹੁਣ, ਇਹਦੀ ਬਹੁਤ ਜ਼ਿਆਦਾ ਸਮੱਸਿਆ ਹੈ।